ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਜਿਹੜੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਦੋਸਤੋ ਪਿਛਲੇ ਦਿਨੀ ਅਸੀਂ ਇੱਕ ਚਰਚਾ ਬੜੀ ਸੁਣੀ ਸੀ ਕਿ ਸਰਹੱਦੀ ਇਲਾਕੇ ਦੇ ਵਿੱਚ ਬਾਦਲਾਂ ਦੀ ਸਰਕਾਰ ਵੇਲੇ ਜ਼ਮੀਨ ਖਰੀਦੇਗੀ ਸੁੱਚਾ ਸਿੰਘ ਲੰਗਾ ਉਹਦੋਂ ਮੰਤਰੀ ਸੀ 700 ਦੇ ਏਕੜ ਦੇ ਕਰੀਬ ਇਹ ਜ਼ਮੀਨ ਜਿਹੜੀ ਦੱਸੀ ਗਈ ਹੈ ਤੇ ਜਿਹਦੇ ਵਿੱਚ ਮੋਟਰਾਂ ਵੀ ਲੱਗੀਆਂ ਤੇ ਮਸ਼ੀਨਰੀ ਜਿਹੜੀ ਉਹ ਖੜੀ ਗੱਲ ਗਈ ਖੈਰ ਪਰਤ ਕੀ ਤੁਹਾਨੂੰ ਪਤਾ ਵਾ ਕਿ 500 ਕਰੋੜ ਦੀ ਜ਼ਮੀਨ ਜਿਹੜੀ ਆ ਉਹ ਮੋਹਾਲੀ ਦੇ ਨੇੜੇ ਵੱਡੇ ਰੀਅਲਟਰਾਂ ਨੇ ਦੱਬੀ ਹੋਈ ਆ ਉਹਦਾ ਕੋਈ ਪੈਸਾ ਪੰਜਾਬ ਨੂੰ ਪੰਜਾਬ ਦੇ ਇਸ ਵਿਭਾਗ ਨੂੰ ਜਿਹੜਾ ਕਿ ਪੰਚਾਇਤੀ ਜ਼ਮੀਨਾਂ ਦੇ ਨਾਲ رابطہ ਰੱਖਦਾ ਉਹਨੂੰ ਕੋਈ ਵੀ ਪੈਸਾ ਜਿਹੜਾ ਜਮਾ ਨਹੀਂ ਕਰਾਇਆ ਜਮਾ ਨਹੀਂ ਕਰਾਇਆ ਗਿਆ ਤੇ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਨਾਂ ਵੀ ਬੋਲਦਾ ਇਹ ਕਿੰਨੀ ਆ ਕਿਹਦੇ ਕਿਹਦੇ ਕੋਲੇ ਕਿੰਨੀ ਕਿੰਨੀ ਲੈਂਡ ਆ ਤੇ ਕਿਹੜੇ ਕਿਹੜੇ ਰੀਅਲ اسٹیਟ ਦੇ ਵੱਡੇ ਘਰਾਣੇ ਆ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਨਾਲ ਪੰਜਾਬ ਦੇ ਚਰਚਿਤ ਜ਼ਮੀਨ ਘਟਾਲਿਆਂ ਦਾ ਜ਼ਿਕਰ ਆ ਜਿਹੜਾ ਉਹ ਜ਼ਰੂਰ ਕਰਾਂਗੇ ਬਲਬੀਰ ਸਿੱਧੂ ਤੋਂ ਲੈ ਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਕਾਲੀਆਂ ਦੀ ਸਰਕਾਰ ਦੇ ਵਿੱਚ ਹਿਸ਼ਾਰਪੁਰ ਜ਼ਮੀਨ ਕੁਟਾਲਾ ਹਾਈਵੇਅ ਵਾਲਾ ਜਿਹੜਾ ਉੱਥੋਂ ਲੈ ਕੇ ਸਾਰਿਆਂ ਦੀ ਜਿਹੜੀ ਤਫਸੀਲ ਤੁਹਾਨੂੰ ਦਿਆਂਗੇ ਪਰ ਤੁਸੀਂ ਦੇਖੋ ਵੀ ਕੀ ਅਕਾਲੀ ਕੀ ਕਾਂਗਰਸੀ ਕੀ ਆਮ ਆਦਮੀ ਪਾਰਟੀ ਵਾਲੇ ਇਹਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਐਜ ਲੀਡਰ ਆ ਜਿਨ੍ਹਾਂ ਦੀ ਅੱਖ ਪੰਜਾਬ ਦੀਆਂ ਜ਼ਮੀਨਾਂ ਤੇ ਐ ਤੇ ਵਾਹ ਲੱਗਦੀ ਕੋਈ ਵੀ ਜਿਹੜਾ ਘਰਾਣਾ ਹੈ ਉਹ ਪੰਜਾਬ ਦੀ ਜ਼ਮੀਨ ਨੂੰ ਨਹੀਂ ਛੱਡਦਾ ਜਿਹਦਾ ਵੀ ਦਾ ਲੱਗਦਾ ਹੈ ਪੰਜਾਬ ਦੇ ਸਿਆਸੀ ਘਰਾਣੇ ਪੰਜਾਬ ਦੀ ਅਫਸਰਸ਼ਾਈ ਇਹਨਾਂ ਜ਼ਮੀਨਾਂ ਦੇ ਉੱਤੇ ਕਾਬਜ਼ ਹੈ ਪੰਜਾਬ ਦੀ ਬਿਊਰੋਕ੍ਰੇਸੀ ਦਾ ਇੱਕ ਹਿੱਸਾ ਪੰਜਾਬ ਦੀ ਅਫਸਰਸ਼ਾਹੀ ਦਾ ਇੱਕ ਹਿੱਸਾ ਜਿਹਦੇ ਵਿੱਚੋਂ ਅੱਠ ਸਿਆਸੀ ਘਰਾਣਿਆਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਮੋਹਾਲੀ ਨੇੜੇ ਮਹਿੰਗੀਆਂ ਜ਼ਮੀਨਾਂ ਪਹਾੜੀ ਨਹੀਂ ਪਹਾੜੀ ਇਲਾਕਿਆਂ ਦੇ ਵਿੱਚ ਨੱਪੀਆਂ ਹੋਈਆਂ ਹੁਣ ਸਵਾਲ ਵੱਡਾ ਇਹ ਹੈ ਕਿ ਜਿਹੜੀ ਕੁਲਦੀਪ ਸਿੰਘ ਢਾਲੀਵਾਲ ਦੀ ਜੀਸੀਬੀ ਹੈ ਜਿਹਨੂੰ ਲੈ ਕੇ ਅਕਸਰ ਮੀਡੀਆ ਦੇ ਵਿੱਚ ਛਾਇ ਰਹਿੰਦੇ ਆ ਮੀਡੀਆ ਵੀ ਉਹਨਾਂ ਦੇ ਮਗਰ-ਮਗਰ ਜਾਂਦਾ ਵਾ ਕਿ ਫਲਾਨੇ ਪਿੰਡੋਂ ਇਨੀ ਜ਼ਮੀਨ ਛੜਾਲੀ ਆ ਫਲਾਨੇ ਪਿੰਡੋਂ ਫਲਾਨੇ ਪਿੰਡੋਂ ਇਨੀ ਕਿ ਉਹਦੀ ਜੀਸੀਬੀ ਇਹਨਾਂ ਦੇ ਜਿਹੜਾ ਮੁਹਾਲੀ ਤੋਂ ਐਮਐਲਏ ਕੁਲਵੰਤ ਸਿੰਘ ਕਿ ਉਹਦੀ ਉਸ ਜ਼ਮੀਨ 'ਚ ਜਾਏਗੀ ਜਿਹੜੀ ਉਹਨੇ ਨੱਪੀ ਹੋਈ ਹੈ ਜਿਹਦਾ ਪੈਸਾ ਵੀ ਨਹੀਂ ਦਿੱਤਾ ਇੱਕ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲਿਆਂ ਕੋਲੇ ਜਾਊਗੀ ਉਹਦੀ ਜੀਸੀਬੀ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦਾ ਵਾ ਕਿ ਇਹਨਾਂ ਨੇ ਜ਼ਮੀਨ ਨੱਪੀ ਹੋਈ ਹੈ ਸੋ ਮਾਨ ਸਾਹਿਬ ਤੁਸੀਂ ਇਹ ਦੱਸੋ ਵੀ ਦੂਜੇ ਕਬਜ਼ੇ ਛਡਾਓ ਰਾਜ-ਰਾਜ ਛਡਾਓ ਬੜੀ ਚੰਗੀ ਗੱਲ ਆ ਤੁਹਾਡੀ ਡਿਊਟੀ ਦਾ ਉਹ ਹਿੱਸਾ ਵਾ ਪਹਿਲਾਂ ਵਾਲਿਆਂ ਨੇ ਨਹੀਂ ਕੀਤੀ ਆਪਣੀ ਡਿਊਟੀ ਤੇ ਤੁਹਾਨੂੰ ਵਾਰੀ ਮਿਲ ਗਈ ਹੈ ਤੇ ਪਰ ਇਹ ਦੱਸੋ ਵੀ ਤੁਹਾਡੇ ਵਿਧਾਇਕ ਤੇ ਤੁਹਾਡੇ ਰਾਜ ਸਭਾ ਮੈਂਬਰ ਜਿਹੜੇ ਆ ਉਹ ਜ਼ਮੀਨਾਂ ਤੋਂ ਕਬਜ਼ੇ ਕਦੋਂ ਛੱਡਣਗੇ ਵੇਰਵੇ ਜਿਹੜੇ ਤੁਹਾਨੂੰ ਮੈਂ ਦੱਸਦਾ ਵਾਂ ਮੁਹਾਲੀ ਦੇ ਨੇੜੇ 500 ਕਰੋੜ ਦੀ ਜ਼ਮੀਨ ਵੱਡੇ ਰੀਅਲ اسٹیਟ ਦੇ ਕਾਰੋਬਾਰ ਦੇ ਨਾਲ ਜੁੜੇ ਘਰਾਣਿਆਂ ਵੱਲੋਂ ਕਬਜ਼ਾਈ ਹੋਈ ਆ ਤੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਆਗੂ ਨਹੀਂ ਵਿਧਾਇਕ ਕੁਲਵੰਤ ਸਿੰਘ ਦੀ ਕੰਪਨੀ ਦਾ ਵੀ ਨਾਂ ਬੋਲਦਾ ਇਹਦਾ ਜ਼ਮੀਨ ਦਾ ਪੈਸਾ ਸਰਕਾਰ ਨੂੰ ਨਹੀਂ ਦਿੱਤਾ ਗਿਆ 35 ਪਿੰਡਾਂ ਦੀ 80 ਏਕੜ ਜ਼ਮੀਨ ਦੇ 54 ਵੱਡੇ ਟੁਕੜੇ ਆ 35 ਪਿੰਡਾਂ ਦੀ 80 ਏਕੜ ਜ਼ਮੀਨ ਔਰ ਮੁਹਾਲੀ ਦੇ ਨੇੜੇ ਜਿੱਥੇ 4 4 5 5 6 6 ਕਰੋੜ ਤੱਕ ਦਾ ਕਿਲਾ ਉੱਥੇ ਜਿਹੜੇ ਕੀ ਰੀਅਲ اسٹیਟ ਦੇ ਨਾਲ ਜੁੜੇ ਵੱਡੇ ਘਰਾਣੇ ਦੇ ਕਬਜ਼ੇ ਹੇਠ ਨੇ ਹੋਰ ਤਾਂ ਹੋਰ ਇਹਨਾਂ ਨੇ ਜਿਹੜੇ ਕਬਜ਼ੇ ਕੀਤੇ ਉਹਦੇ ਵਿੱਚ ਰਾ ਖਾਲੇ ਪਈਆਂ ਵੀ ਨਹੀਂ ਛੱਡੇ ਸਰਕਾਰ ਇਹਨਾਂ ਨੂੰ ਪੈਸਾ ਕਿਵੇਂ ਲਵੇ ਉਹ ਬਾਅਦ ਦੀ ਗੱਲ ਆ ਪਰ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਜਨਤਾ ਲੈਂਡ ਪ੍ਰੋਮੋਟਰਸ ਇਹ ਕੰਪਨੀ ਆ ਜਿਹਦੇ ਕਾਫੀ ਪ੍ਰੋਜੈਕਟ ਆ ਜਿਹੜੇ ਉਹ ਲੱਗੇ ਹੋਏ ਨੇ ਤੇ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਕਲਵੰਤ ਸਿੰਘ ਦੀ ਕੰਪਨੀਆ ਮੋਹਾਲੀ ਤੇ ਜਿਹੜਾ ਐਮ.ਐਲ.ਏ ਹੈ ਤੇ ਉਹਦੇ ਨਾਂ ਬੋਲਦੀ ਹੈ 15 ਏਕੜ ਜ਼ਮੀਨ ਜਿਹਦੇ ਤੇ ਕਬਜ਼ਾ ਵਾ ਤੇ ਇਹਦੇ ਚ ਤੁਹਾਨੂੰ ਚਲਾਕੀ ਦੱਸਾਂਗੇ ਇੱਕ ਤਾਂ ਅਫਸਰਾਂ ਦੀ ਨਲਾਇਕੀ ਹੋਗੀ ਉਹ ਵੀ ਜ਼ਰੂਰ ਦੱਸਾਂਗੇ ਪਰ ਕਲਵੰਤ ਸਿੰਘ ਕਿਹੜੀ ਚਲਾਕੀ ਖੇਡ ਰ ਉਹ ਜ਼ਰੂਰ ਦੱਸਾਂਗੇ ਦੂਜੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚ ਜਨਤਾ ਲੈਂਡ ਮਾਫ ਕਰਨਾ ਟੀ.ਡੀ.ਆਈ. ਪ੍ਰੀਤ ਲੈਂਡ ਪ੍ਰਾਈਵੇਟ ਲਿਮਟਿਡ ਵੇਵ ਸਟੇਟ ਜਨਤਾ ਲੈਂਡ ਪ੍ਰੋਮੋਟਰਜ਼ ਅੰਸਲ ਏ.ਪੀ.ਆਈ. ਮਨੋਹਰ ਕੰਸਟਰਕਸ਼ਨ ਕੰਪਨੀ ਓਮੈਕਸ ਚੰਡੀਗੜ੍ਹ ਐਕਸਟੈਂਸ਼ਨ ਡਿਵੈਲਪਰ ਡਿਵੈਲਪਰਜ਼ ਪਿਊਮਾ ਰੀਅਲਟਰਸ ਪ੍ਰਾਈਵੇਟ ਲਿਮਟਿਡ ਤੇ ਆਨਸਲ ਹਾਊਸਿੰਗ ਤੇ ਕੰਸਟ੍ਰਕਸ਼ਨ ਇਹ ਸਾਰੀਆਂ ਜਿਹੜੀਆਂ ਕੰਪਨੀਆਂ ਵਾਂ ਇਹਨਾਂ ਦੇ ਕੋਲੇ 55 ਵੱਡੇ ਟੁਕੜੇ ਆ ਵੱਖ-ਵੱਖ ਕੰਪਨੀਆਂ ਕੋਲੇ ਜਿਨ੍ਹਾਂ ਵਿੱਚ 80 ਏਕੜ ਜ਼ਮੀਨ ਆ 34 ਪਿੰਡਾਂ ਦੀ ਮੁਹਾਲੀ ਦੀਆਂ ਦੀ ਜਿਨ੍ਹਾਂ ਦੇ ਉੱਤੇ ਇਹਨਾਂ ਦਾ ਕਬਜ਼ਾ ਵਾ ਹੁਣ ਕੁਲਵੰਤ ਸਿੰਘ ਨੂੰ ਜਦੋਂ ਫੋਨ ਕੀਤਾ ਇਸ ਮੀਡੀਆਦਾਰੇ ਨੇ ਦੀ ਟਰਬਿਊਨ ਦੀ ਇਹ ਖਬਰ ਆ ਪਿਛਲੇ ਕਈ ਦਿਨਾਂ ਤੋਂ ਇਹਦੇ ਤੇ ਚਰਚਾ ਹੋਣੀ ਚਾਹੀਦੀ ਸੀ ਪਰ ਹੋਈ ਨਹੀਂ ਦੀ ਟ੍ਰਿਬਿਊਨ ਦੀ ਇਹ ਖਬਰ ਆ ਤੇ ਜਦੋਂ ਕੁਲਵੰਤ ਸਿੰਘ ਨੂੰ ਫੋਨ ਕੀਤਾ ਤੇ ਅੱਗੋਂ ਕੁਲਵੰਤ ਸਿੰਘ ਕਹਿੰਦਾ ਵੀ ਮੈਂ ਕਈ ਚਿੱਠੀਆਂ ਲਿਖੀਆਂ ਆ ਤੇ ਪਰ ਮੈਨੂੰ ਇਸ ਮਹਿਕਮੇ ਨੇ ਜਵਾਬ ਨਹੀਂ ਦਿੱਤਾ ਕੋਈ ਵੀ ਮੈਂ ਪੈਸੇ ਦੇਣਾ ਚਾਹੁੰਦਾ ਸੀਗਾ ਹੁਣ ਚਿੱਠੀਆਂ ਲਿਖੀਆਂ ਮਹਿਕਮੇ ਨੇ ਜਵਾਬ ਨਹੀਂ ਦਿੱਤਾ ਤੇ ਤੂੰ ਭਾਈ ਐਮਐਲਏ ਤੇਰਾ ਤਾਂ ਸਰਕਾਰ ਚ ਐਕਸੈਸ ਹੈ ਮੰਤਰੀ ਨੂੰ ਚਿੱਠੀ ਲਿਖਣ ਨੂੰ ਕੀ ਆ ਇੱਕ ਫੋਨ ਕਮਾ ਤੇ ਉਹਨੂੰ ਕਹਦੇ ਆ ਚੱਕ ਭਾਈ ਪੈਸੇ ਮੇਰੀ ਕੰਪਨੀ ਦੇ ਤੇ ਮੈਨੂੰ ਦਿਓ ਤੁਸੀਂ ਜਿਹੜਾ ਵੀ ਕਾਰਜ ਭਾਰ ਆ ਤੇ ਮੈਂ ਕਾਗਜ਼ਾਂ ਦੇ ਵਿੱਚ ਇਹਦੇ ਤੇ ਡਿਵੈਲਪਮੈਂਟ ਕਰਨੀ ਚਾਹਣਾ ਤੇ ਉਹਦਾ ਤੁਹਾਨੂੰ ਜਿੰਨਾ ਬਣਦਾ ਮਾਲ ਗਿਆ ਮੈਂ ਦੇ ਦਿੰਨਾ ਹੁਣ ਉਹ ਚਲਾਕੀ ਇਹ ਕਰ ਰਿਹਾ ਵਾ ਕਿ ਮੈਂ ਚਿੱਠੀ ਲਿਖੀ ਐ ਹੁਣ ਚਿੱਠੀ ਲਿਖਣ ਨੂੰ ਮਹਾਲੀ ਤੋਂ ਚੰਡੀਗੜ ਕਿੰਨਾ ਕੁ ਦੂਰ ਐ ਕਬਜ਼ਾ ਤਾਂ 15 ਕਿਲਿਆਂ ਤੇ ਹੋ ਸਕਦਾ ਕਬਜ਼ਾਈ ਤਾਂ ਜ਼ਮੀਨ ਜਾ ਸਕਦੀ ਐ ਪਰ ਚਿੱਠੀ ਲਿਖ ਕੇ ਸਾਰਨਾਵਾ ਹੁਣ ਇਹਦਾ ਬੇਸ਼ੱਕ ਉਹ ਲੀਗਲ ਤੌਰ ਤੇ ਉਹ ਸਹੀ ਹੋ ਸਕਦਾ ਪਰ ਅਸਲ ਦੇ ਵਿੱਚ ਇਹਦਾ ਫਾਇਦਾ ਕਿਨੂੰ ਆ ਇਹਦਾ ਫਾਇਦਾ ਉਸ ਬੰਦੇ ਨੂੰ ਆ ਜਿਹਦਾ ਕਬਜ਼ਾ ਹੈ ਕਿਉਂਕਿ ਜ਼ਮੀਨ ਨੇ ਕਦੇ ਸਸਤੀ ਨਹੀਂ ਹੋਣਾ ਜ਼ਮੀਨ ਨੇ ਕਦੇ ਕੌਡੀਆਂ ਦੇ ਭਾਅ ਨਹੀਂ ਹੋਣਾ ਇਹਨਾਂ ਨੂੰ ਪਤਾ ਵਾ ਕਿ 15 ਕਿਲਿਆਂ ਦੀ ਕੀਮਤ ਅੱਜ ਜੇ 6 ਲੱਖ ਨੂੰ ਲਾਈਏ ਤੇ 90 ਕਰੋੜ ਬਣਦੀ ਐ ਤੇ ਕੱਲ ਨੂੰ ਉਹ ਜ਼ਮੀਨ ਜਿਹੜੀ ਆ ਉਹਦਾ 7 ਕਰੋੜ ਨੂੰ ਕਿੱਲਾ ਹੀ ਹੋਣਾ ਜਾਂ ਜੇ 4 ਦੀ ਤਾਂ 5 ਕਰੋੜ ਨੂੰ ਕਿੱਲਾ ਹੀ ਹੋਣਾ ਉਹਦਾ ਜਿਹੜਾ ਮਾਲਿਕ ਹੈ ਘਟਰਾਣੀ ਵਦਨਾਵਾ ਸੋ ਇੱਕ ਚਲਾਕੀ ਹੈ ਕਿ ਅਸੀਂ ਤਾਂ ਜੀ ਪੈਸੇ ਦੇਣ ਨੂੰ ਤਿਆਰ ਆ ਪਰ ਕੋਈ ਲੈਂਦਾ ਕੋਈ ਨਹੀਂ ਲੈਂਦੇ ਕਿਉਂ ਨਹੀਂ ਅਫਸਰ ਇਹ ਵੱਡਾ ਸਵਾਲ ਹੈ ਅ ਦੂਜੀ ਕੀ ਅਫਸਰਸ਼ਾਹੀ ਨੇ ਇਹ ਅਫਸਰਸ਼ਾਹੀ ਨਹੀਂ ਚਾਹੁੰਦੀ ਕਿ ਜੀ ਸਰਕਾਰ ਨੂੰ ਪੈਸਾ ਮਿਲੇ ਮਾਲੀਆ ਮਿਲੇ ਇੱਕ ਗੱਲ ਹੋਰ ਹੈ ਕਿ ਕੁਲਦੀਪ ਧਾਲੀਵਾਲ ਵੀ ਇਸ ਮਸਲੇ ਤੋਂ ਆਪਣੀ ਟਿੱਪਣੀ ਦੇਣ ਤੋਂ ਵਾਜਦੇ ਨਜ਼ਰ ਆਏ ਇਨਾ ਨਹੀਂ ਬਾਕੀ ਵੱਡੇ ਜ਼ਿਲ੍ਹਿਆਂ ਸ਼ਹਿਰਾਂ ਦਾ ਵੀ ਇਹੀ ਹਾਲ ਹੈ ਜਿੱਥੇ ਅਫਸਰ ਛਾਈ ਪੈਸੇ ਬਣਾਉਣ ਖਾਤਰ ਡਿਵੈਲਪਰਾਂ ਨੂੰ ਕੋਈ ਜਵਾਬ ਨਹੀਂ ਦਿੰਦੀ ਤਾਂ ਸਰਕਾਰੀ ਈਮਾਲੀ ਦਾ ਨੁਕਸਾਨ ਕਰਦੇ ਨੇ ਪਰ ਡਿਵੈਲਪਰ ਦਾ ਨੁਕਸਾਨ ਕੀ ਹੈ ਜਿਵੇਂ ਕੁਲਵੰਤ ਸਿੰਘ ਕਹਿ ਰਹੇ ਨੇ ਡਿਵੈਲਪਰ ਦਾ ਕਬਜ਼ਾ ਹੈ ਜ਼ਮੀਨ ਮਹਿੰਗੀ ਹੋ ਰਹੀ ਹੈ ਜਿੱਦੇ ਕਾਜ ਕਲੀਅਰ ਹੋਣਗੇ ਉਹਦੇ ਨੂੰ ਤਾਂ ਵੈਸੇ ਹੀ ਕੌਡੀਆਂ ਦੇ ਭਾਅ ਜ਼ਮੀਨੀਆਂ ਖਰੀਦਾਂ ਖਰੀਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਔਰਬਾਂ ਦੀਆਂ ਹੋ ਜਾਣਗੀਆਂ ਖੈਰ ਹੁਣ ਆਉਣੇ ਆਪਾਂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਜਿਸ ਦਿਨ ਅਸੀਂ ਰਿਪੋਰਟ ਕੀਤੀ ਸੀ ਕੀ ਹੰਸ ਰਾਜ ਹੰਸ ਦੇ ਮੁੰਡਿਆਂ ਨੇ ਜ਼ਮੀਨ ਕਬਜ਼ਾਈ ਹੋਈ ਹੈ ਉਸ ਦਿਨ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਦਾ ਵੀ ਨਾਂ ਸੀ ਪਰ ਕੁਲਦੀਪ ਸਿੰਘ ਢਾਲੀਵਾਲ ਤੇ ਭਗਵੰਤ ਮਾਨ ਦੀ ਜੀਸੀਬੀ ਉੱਥੇ ਜਾਣ ਤੋਂ ਡਰਦੀ ਹੈ ਕਿਉਂਕਿ ਉਹ ਆਪ ਰਾਜ ਸਭਾ ਮੈਂਬਰ ਹੈ ਤੇ ਆਮ ਆਦਮੀ ਪਾਰਟੀ ਨੇ ਉਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਆਮ ਆਦਮੀ ਪਾਰਟੀ ਦੇ ਕੋਲੇ ਲਾਇਸੈਂਸ ਹੁੰਦਾ ਸੀ ਕਿਸੇ ਟਾਈਮ ਕਿ ਅਸੀਂ ਇਮਾਨਦਾਰ ਆ ਇੱਕ ਪਾਸੇ ਇਹਨਾਂ ਦੇ ਮੰਤਰੀ ਜੇਲਾਂ ਦੇ ਵਿੱਚ ਮਸਾਜਾਂ ਕਰਾਉਂਦੇ ਆ ਮਾਲਸ਼ਾਂ ਕਰਾਉਂਦੇ ਆ ਫਰੂਡ ਸ਼ੱਕਦੇ ਆ ਕਹਿੰਦੇ ਕਿ ਸਾਦੇ ਤੋਂ ਰਿਹਾ ਨਹੀਂ ਜਾਂਦਾ ਔਰ ਦੂਜੇ ਪਾਸੇ ਇਹਨਾਂ ਦੇ ਬੰਦੇ ਐਮਸੀ ਦੀਆਂ ਟਿਕਟ ਟਾਈਮ ਸੀਟ ਦੀਆਂ ਟਿਕਟਾਂ ਵੇਚਣ ਦੇ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਮੰਗਦੇ ਤੀਜੇ ਪਾਸੇ ਇਹਨਾਂ ਦਾ ਕੋਈ ਐਮਐਲਏ ਮੁਹਾਲੀ ਦੇ ਵੀ ਬੈਠਾ ਜ਼ਮੀਨ ਤੇ ਕੋਈ ਜਲੰਧਰ ਦੇ ਵੀ ਬੈਠਾ ਬੋਲਦਾ ਪਤਾ ਨਹੀਂ ਕਿਉਂ ਨਹੀਂ ਮੀਡੀਆ ਦਾ ਕੋਈ ਹਿੱਸਾ ਇਹ ਤੇ ਬੜੀ ਹੈਰਾਨੀ ਹੈ ਉਸ ਤੋਂ ਪਹਿਲਾਂ ਹੁਣ ਇਹ ਤਾਂ ਰਹਿ ਗਈ ਆਮ ਆਦਮੀ ਪਾਰਟੀ ਵਾਲਿਆਂ ਦੀ ਗੱਲ ਹੁਣ ਲੰਗੀ ਸਰਕਾਰ ਵਾਲਿਆਂ ਦੀ ਵੀ ਗੱਲ ਕਰਨੀ ਗੀ 1.5 10 ਏਕੜ ਜ਼ਮੀਨ ਹੈ ਮੁਹਾਲੀ ਦੇ ਵਿੱਚ ਬੇਸ਼ਕੀਮਤੀ ਤੇ ਸਰਕਾਰ ਦਾ ਸਾਬਕਾ ਮੰਤਰੀ ਹੈਲਥ ਮੰਤਰੀ ਕਹਿੰਦਾ ਬਲਬੀਰ ਸਿੱਧੂ ਕੰਦਰ ਜੀ ਮੈਂ ਇਹਦੇ ਤੇ ਗਊਸ਼ਾਲਾ ਬਣਾਉਣੀ ਆ ਮੇਰੇ ਤੇ ਮੌਲ ਖੜਾ ਕਰਨਾ ਤੇ ਉਸ ਮੌਲ ਤੋਂ ਜਿਹੜੀ ਆਮਦਨ ਹੋਊਗੀ ਉਹ ਗਊਸ਼ਾਲਾ ਨੂੰ ਪੱਠੇ ਪਾਇਆ ਕਰਾਂਗੇ ਹੁਣ ਬਲਬੀਰ ਸਿੱਧੂ ਜਾਂਚ ਕਰਨ ਵਾਲਿਆਂ ਨੂੰ ਪੱਠੇ ਪਾ ਰਿਹਾ ਕਿ ਲੋਕਾਂ ਨੂੰ ਪੱਠੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਇਹ ਸਭ ਸੱਚ ਹੈ ਕਿੰਨੇ ਕੁ ਪੱਠੇ ਪਾਉਂਦੇ ਆ ਕਰੋੜਾਂ ਦੀਆਂ ਜ਼ਮੀਨਾਂ ਚੋ ਜੇ ਸੌਆਂ ਦੇ ਪੱਠੇ ਕਿਸੇ ਨੇ ਪਾਤੇ ਤੇ ਬਲਬੀਰ ਸਿੰਘ ਸਿੱਧੂ ਜੀ ਉਹ ਸੇਵਾ ਨਹੀਂ ਹੁੰਦੀ ਕੋਈ ਦੂਜੀ ਗੱਲ ਇਹ ਹੈ ਭਗਤਪੂਰੇ ਦੀ ਜ਼ਮੀਨ ਦਾ ਘਟਾਲਾ ਕਿਹਨੂੰ ਭੁੱਲਿਆ ਵਾਜੀ ਦਾ ਨਾਮ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਤੇ ਬੋਲਦਾ ਵਾ ਉਹ ਇਹ ਆ ਕੀ ਆਲਫਾ ਇੰਟਰਨੈਸ਼ਨਲ ਸਿਟੀ ਨੂੰ ਜ਼ਮੀਨ ਵੇਚੀ ਗਈ 42 ਕਨਾਲਾਂ ਤੇ ਕੁਛ ਮਰਲੇ ਤੇ ਜ਼ਮੀਨ ਕੌਡੀਆਂ ਦੇ ਭਾਅ ਵੇਚੀ ਗਈ ਜ਼ਮੀਨ ਕਹਿੰਦੇ ਬਹੁਤ ਕੀਮਤੀ ਹੈ ਹੁਣ ਉਸ ਮਾਮਲੇ ਦੇ ਵਿੱਚ ਧਿਆਨ ਇਹ ਆਇਆ ਜ਼ਮੀਨ ਦੇ ਵਿਵੇਚਨ ਦੇ ਮਾਮਲੇ ਦੇ ਵਿੱਚ ਵੀ ਸਰਕਾਰ ਨੂੰ ਚੋਨਾ ਲਾਇਆ ਗਿਆ ਵਾ ਤੇ ਕਈ ਤਕਨੀਕੀ ਗੜਬੜੀਆਂ ਕੀਤੀਆਂ ਗਈਆਂ ਤੇ ਉਹਨਾਂ ਦੇ ਵਿੱਚ ਨਾ ਬੋਲਦਾ ਤ੍ਰਿਪਿੰਦਰ ਸਿੰਘ ਬਾਜਵੇ ਦਾ ਉਹ ਵੀ ਸਾਬਕਾ ਮੰਤਰੀ ਹੈ ਅ ਇਸੇ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੁਸ਼ਿਆਰਪੁਰ ਜ਼ਮੀਨ ਘਟਾਲਾ ਹੋਇਆ ਸੀ ਜਿਹਦੇ ਵਿੱਚ ਅਕਾਲੀ ਦਲ ਦੇ ਕੁਝ ਲੀਡਰਾਂ ਦਾ ਨਾਂ ਬੋਲਦਾ ਸੀ ਉਹਦੇ ਵਿੱਚ ਇਹ ਸੀਗਾ ਕੀ ਅਕਾਲੀ ਦਲ ਦੇ ਕੁਝ ਬੰਦਿਆਂ ਨੇ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਜ਼ਮੀਨਾਂ ਖਰੀਦੀਆਂ ਜਿੱਥੋਂ ਦੀ ਹਾਈਵੇ ਲੰਘਣਾ ਸੀ ਉਹ ਬਾਅਦ ਦੇ ਵਿੱਚ ਉੱਥੇ ਕਲੋਨੀਆਂ ਸਾਰੀਆਂ ਗਈਆਂ ਦਿਖਾਇਆ ਗਿਆ ਕਾਗਜ਼ਾਂ ਦੇ ਵਿੱਚ ਫਿਰ ਕਰੋੜਾਂ ਰੁਪਏ ਬਣਾ ਕੇ ਜੇਬਾਂ ਭਰੀਆਂ ਗਈਆਂ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਕਹਿੰਦੀ ਹੈ ਵੀ ਕੱਲੇ ਮਹਾਲੀ ਜ਼ਿਲ੍ਹੇ ਦੇ ਵਿੱਚ 25000 ਏਕੜ ਜ਼ਮੀਨ ਉੱਤੇ ਸ਼ਾਮਲ ਆਤੀ ਜ਼ਮੀਨ ਉੱਤੇ ਜਾਂ ਸਰਕਾਰੀ ਜ਼ਮੀਨ ਉੱਤੇ ਜਾਂ ਤਾਂ ਕਬਜ਼ੇ ਨੇ ਤੇ ਜਾਂ ਇਹਨਾਂ ਨੂੰ ਹੋਰ ਤਰੀਕਿਆਂ ਨਾਲ ਹਥਿਆ ਹੋਇਆ ਜ਼ਮੀਨਾਂ ਨੂੰ ਇਸ ਤੋਂ ਵੀ ਜੇ ਅੱਗੇ ਚੱਲ ਗਏ ਤਾਂ ਅੱਗੇ ਜਿਹੜੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਨੇ ਉਹ ਇਹ ਨੇ ਕਿ ਇਹਨਾਂ ਜ਼ਮੀਨਾਂ ਦੇ ਵਿੱਚ ਜਿਹੜੇ ਛਿਆਸੀ ਘਰਾਣੇ ਆ ਉਹ ਕਬਜ਼ਾ ਪੰਜਾਬ ਦੇ ਵਿੱਚ ਜਿਹੜੇ ਆંકੜੇ ਮਿਲੇ ਆ ਉਹ ਇਹ ਹੈ ਕਿ ਤਕਰੀਬਨ 14230 ਏਕੜ ਜ਼ਮੀਨ ਆ ਜਿਹਦਾ ਮੁਕੱਦਮਾ ਚੱਲ ਰਿਹਾ ਹੈ 3143 ਏਕੜ ਦਾ ਮੁਕੱਦਮਾ ਸੁਪਰੀਮ ਕੋਰਟ ਦੇ ਵਿੱਚ ਚੱਲ ਜਾਂਦੇ ਆ 5853 ਏਕੜ ਜ਼ਮੀਨ ਦੇ ਮੁਕੱਦਮੇ ਹਾਈ ਕੋਰਟ ਦੇ ਵਿੱਚ ਚੱਲ ਰਹੇ ਆ ਤੇ ਕਮਿਸ਼ਨਰ ਕੋਰਟ ਦੇ ਵਿੱਚ ਕਮਿਸ਼ਨਰ ਕੋਰਟ ਦੇ ਵਿੱਚ 2232 ਏਕੜ ਜ਼ਮੀਨ ਦੇ ਜਿਹੜੇ ਆ ਤੇ ਕਲੈਕਟਰ ਕੋਰਟ ਦੇ ਵਿੱਚ 2547 ਏਕੜ ਜ਼ਮੀਨ ਦੇ ਮਕਾਦਮੇ ਆ ਸੋ ਇਸੇ ਕਰਕੇ ਜਿਹੜੀਆਂ ਚੰਡੀਗੜ੍ਹ ਦੇ ਆਸ-ਪਾਸ ਜ਼ਮੀਨਾਂ ਆ ਪਹਾੜਾਂ ਦੇ ਲਾਗਲੇ ਖਿੱਤੇ ਦੇ ਵਿੱਚ ਵੀਆਈਪੀਜ਼ ਨੇ ਜਾਦਾ ਜ਼ਮੀਨਾਂ ਨੱਪੀਆਂ ਜ਼ਿਲ੍ਹਾ ਮੁਹਾਲੀ ਦੇ ਬਲਾਕ ਮਾਜਰੀ ਤੇ ਖਰੜ ਪਿੰਡਾਂ ਦੀ 38 ਪਿੰਡਾਂ ਦੀ ਕਰੀਬ 23000 ਏਕੜ ਤੇ ਜ਼ਮੀਨ ਤੇ ਨਜਾਇਜ਼ ਕਬਜ਼ੇ ਆ ਤੇ ਇੱਥੇ ਜਿਹੜੀ ਕੁਲਦੀਪ ਸਿੰਘ ਟ੍ਰਿਬਿਊਨਲ ਦੀ ਰਿਪੋਰਟ ਸੀਗੀ ਉਹਨੇ ਡੇਢ ਦਰਜਨ ਵੱਡੇ ਰਸੂਖਵਾਨਾਂ ਤੇ ਉਂਗਲ ਧਰੀ ਸੀਗੀ ਜਦੋਂ ਕਿ ਹਾਈ ਕੋਰਟ ਦੇ ਹੁਕਮਾਂ ਤੇ ADGP ਚੰਦਰ ਸ਼ੇਖਰ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਸੀ ਜੋ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਤੇ ਜਿਨ੍ਹਾਂ ਨੇ ਰਿਪੋਰਟ ਦਿੱਤੀ ਸੀ ਉਹਦੇ ਵਿੱਚ 60 VIPs ਦਾ ਜ਼ਿਕਰ ਸੀਗਾ ਇਹਨਾਂ ਰਿਪੋਰਟਾਂ ਦੇ ਮੁਤਾਬਕ ਪੰਜਾਬ ਦੇ 8 ਸਿਆਸੀ ਪਰਿਵਾਰਾਂ ਦੇ ਨਾਂ ਬੋਲਦੇ ਆ ਜਿਨ੍ਹਾਂ ਨੇ ਪੰਚਾਇਤੀ ਜਾਇਦਾਦ ਨੱਪੀ ਆ ਇਹਨਾਂ ਦੇ ਵਿੱਚ ਕਾਂਗਰਸੀ ਕਾਲੀ ਤੇ ਹੁਣ ਆਮ ਆਦਮੀ ਪਾਰਟੀ ਵਾਲਿਆਂ ਦੇ ਵੀ ਨਾਂ ਬੋਲਦੇ ਆ ਕਾਂਗਰਸ ਦੇ ਵਿੱਚੋਂ ਆਪ ਦੇ ਵਿੱਚ ਸ਼ਾਮਲ ਹੋਏ ਇੱਕ ਆਗੂ ਦਾ ਵੀ ਜ਼ਿਕਰ ਇਸ ਰਿਪੋਰਟ ਦੇ ਵਿੱਚ ਹੈ ਸੋ ਸਰਕਾਰ ਜਿਹੜੀ ਮਰਜ਼ੀ ਆਈ ਪੰਜਾਬੀ ਕੋ ਹਰ ਕਿਸੇ ਨੇ ਤੁਹਾਡੀਆਂ ਜਾਇਦਾਦਾਂ ਨੱਪੀਆਂ ਹਰ ਕਿਸੇ ਵਿੱਚੋਂ ਸਰਕਾਰ ਦੇ ਮੰਤਰੀਆਂ ਸਾੰਤਰੀਆਂ ਨੇ ਤੁਹਾਡੇ ਅਸਾਸੇ ਲੁੱਟੇ ਤੁਸੀਂ ਹਲੇ ਵੀ ਉਹਨਾਂ ਦੇ ਮਗਰ ਜਿੰਦਾਬਾਦ ਮੁਰਦਾਬਾਦ ਕਰਨੋਂ ਨਹੀਂ ਹਟਦੇ ਸ਼ਰਮ ਚਾਹੀਦੀ ਉਹਨਾਂ ਲੋਕਾਂ ਨੂੰ ਉਹਨਾਂ ਲੀਡਰਾਂ ਨੂੰ ਜਿਹੜੇ ਆਪਣੇ ਆਪ ਨੂੰ ਕਹੋਂਦੇ ਤਾਂ ਲੋਕ ਨਮਾਉਂਦੇ ਆ ਪਰ ਬਿਸ਼ਰਮ ਹੋ ਕੇ ਲੋਕਾਂ ਦੀਆਂ ਜ਼ਮੀਨਾਂ ਨੂੰ ਕਦੇ گاਉਂਆਂ ਦੇ ਗਉਆਂ ਨੂੰ ਪੱਠੇ ਪਾਉਣ ਬਦਲੇ ਕਦੇ ਕਿਸੇ ਕੰਪਨੀ ਤੋਂ 4 ਛਿਲੜ ਲੈਣ ਕਰਕੇ ਲਾਜ ਕਰਕੇ ਦਰਾਲੀਆਂ ਖਾਨ ਕਰਕੇ ਕਦੇ ਆਪਣੇ ਪੁੱਤ ਪੋਤਿਆਂ ਦੇ ਨਾਲ ਵਾਣ ਕਰਕੇ ਇਹਨਾਂ ਜ਼ਮੀਨਾਂ ਨੂੰ ਉਹਨਾਂ ਨੇ ਹਥਿਆਇਆ ਹੋਇਆ ਹੈ ਲਾਣ ਤਾਂ ਇਹੋ ਜੇ ਲੋਕ ਨਮਾਇੰਦਾਂ ਤੇ ਤੇ ਲਾਣ ਤਾਂ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਇਹਨਾਂ ਲੋਕਾਂ ਦੇ ਉੱਤੇ ਕਮੇਟੀਆਂ ਬਣਾਉਂਦੇ ਨੇ ਰਿਪੋਰਟਾਂ ਬਣਾਉਂਦੇ ਨੇ ਪਰ ਕਾਰਵਾਈਆਂ ਨਹੀਂ ਕਰਦੇ ਹੁਣ ਦੇਖਣਾ ਇਹ ਹੋਊਗਾ ਕਿ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਦੀ ਜੀਸੀਬੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਦੇ ਨਾਲ ਆ ਦੂਜੇ ਕਾਲੀ ਤੇ ਆਗੂ ਕਾਂਗਰਸੀਆਂ ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਤੇ ਕਾਰਵਾਈਆਂ ਕਰਨ ਦੇ ਨਾਲ ਨਾਲ ਕੁਲਵੰਤ ਸਿੰਘ ਦੀ ਜਿਹੜੀ 15 ਏਕੜ ਜ਼ਮੀਨ ਜੀ ਦੇ ਤੇ ਨਾ ਬੋਲਦਾ ਤੇ लवली प्रोफेशनਲ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲਿਆਂ ਦੇ ਬਾਰ ਮੂਰੇ ਕਦੋਂ ਜਾਂਦੀ ਹੈ ਜੁੜੇ ਰੋ ਪੰਜਾਬੀ ਰਿਡ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ